पंजाब कांग्रेस में भगवंत मान लिया बड़ी गलबात चल रही है, थोड़ा जहा विवाद है, मैं उस विवाद के नहीं पढ़ा, ये पार्टी हाईकमांड का डिसीजन। कैबिनेट मंत्री नवजोत सिंह सिद्धू अज टूरिज्म को बढ़ावा देने अलग अलग जगह पर टूर पर ने, साढ़े नाल मौजूद ने नवजोत सिंह सिद्धू जी। सर अज पहला दौर है, केड़ी केड़ी जगह तुसीं चुनी है? देखो अज दौरे का पहला दिन है, अज सब तो पहला असी शंभू वाली सराय गए, उदा काफ़ी रिहैबिलिटेशन हो गया, उन्हों वैडिंग डेस्टिनेशन बना रहे हैं जिथे विआह होया करनगे और द बिग फैट पंजाबी वैडिंग विल टेक प्लेस। उत्थे अमेनिटीज़ देंगे, बाथरूम बनावांगे, बहुत अच्छी फैसिलिटी देंगे, कोई चंगा रेस्टोरेंट जिस तरह हवेली है, इस तरह नामवर कोई जड़ा ट्राइड एंड टेस्टेड है, जांचया परखिया खरा वो। फिर लाइटिंग, इहदी जिहड़ी एक्सपर्ट लाइटिंग है, जिहदे नाल जदों फोर्ट्स हुंदे ने पुरानियां जिवें सरायां ने, इहदी लाइटिंग दे नाल इहदी शान 100 गुणा वध जांदी है। जिवें मणी मिट्टी 'च होवे ना तो चमकदी नहीं, सोने 'च जड़ दिओ तो उहदी चमक 100 गुणा वध जांदी है। इस करके लाइटिंग जिहड़ी है वो चार चन्न लांदी है इहनां नूं लाइटिंग दे उत्ते। फिर हुण देखो बियाबान पिया इह, ਇੱਥੇ ਮਤਲਬ ਖੰਡਰ ਬਣੇ ਪਏ ਨੇ, ਇਸ ਕਰਕੇ ਇਸ ਜਗ੍ਹਾ ਦੇ ਉੱਤੇ ਲੈਂਡਸਕੇਪਿੰਗ ਹੋਣੀ, ਇੱਥੇ ਖੂਬਸੂਰਤ ਪੇੜ ਪੌਦੇ ਲੱਗਣੇ ਔਰ ਇਹਦੀ ਓਮਬੀਅੰਸ ਬਣਾਉਣੀ ਟੈਂਟਡ ਅਕੋਮੋਡੇਸ਼ਨ ਦੇ ਨਾਲ, ਵਰਲਡ ਕਲਾਸ ਵੈਡਿੰਗ ਡੈਸਟੀਨੇਸ਼ਨ ਇਹਦੀ ਅਪਰੋਚ ਵੱਡੀ ਸੜਕ ਦੇ ਨਾਲ ਬਣਾਉਣੀ, ਇਹ ਚੀਜ਼ਾਂ ਦੇ ਉੱਤੇ ਜ਼ੋਰ ਪਾ ਕੇ ਕਰੀਬ ਕਰੀਬ 1.5 ਸਾਲ ਦੇ ਵਿੱਚ ਇਸ ਉਪਰਾਲੇ ਨੂੰ ਪੂਰਾ ਕਰਾਂਗੇ। ਸਰ ਕਿੰਨੀਆਂ ਜਗ੍ਹਾ ਟੋਟਲ ਚੁਣੀਆਂ ਗਈਆਂ? ਜਿਹੜਾ ਮੁਗਲੀਆ ਸਰਕਿਟ ਹੈ ਉਹਦੇ ਵਿੱਚ ਆਮ ਖਾਸ ਬਾਗ, ਸ਼ੰਭੂ ਵਾਲੀ ਸਰਾਏ, ਸਰਾਏ ਲਸ਼ਕਰੀ, ਇਹ ਜਿਹੜੀਆਂ ਸਰਾਇਆਂ ਨੇ ਇਹਨਾਂ ਨੂੰ ਕਰੀਬ ਕਰੀਬ 20-20 ਕਰੋੜ ਰੁਪਈਆ ਲਾਗਤ ਲਾ ਕੇ ਇਹਨੂੰ ਕੰਪਲੀਟਲੀ ਚੇਂਜ ਕਰਾਂਗੇ, ਰੀਵੈਂਪ ਕਰੋ ਜੀ। ਸਰ ਇੱਕ ਪੰਜਾਬ ਕਾਂਗਰਸ ਵਿੱਚ ਭਗਵੰਤ ਮਾਨ ਨੂੰ ਲਿਆਉਣ ਦੀ ਬੜੀ ਗੱਲਬਾਤ ਚੱਲ ਰਹੀ ਹੈ, ਤੁਸੀਂ ਕੀ ਕਹਿਣਾ ਚਾਹੋਗੇ, ਤੁਹਾਡੀ ਕੀ ਰਾਏ ਹੈ? ਭਈ ਇਹ ਪਾਰਟੀ ਹਾਈਕਮਾਂਡ ਦਾ ਡਿਸੀਜਨ ਹੁੰਦਾ ਹੈ, ਇਹਦੇ 'ਚ ਥੋੜ੍ਹਾ ਜਿਹਾ ਵਿਵਾਦ ਹੈ, ਮੈਂ ਉਸ ਵਿਵਾਦ ਦੇ ਵਿੱਚ ਨਹੀਂ ਪੜਨਾ ਜੀ, ਇਹ ਸੀਐਮ ਸਾਹਿਬ ਦੇ ਉੱਤੇ ਛੱਡੀ ਆਪਾਂ। ਸਰ ਇੱਕ ਅੰਮ੍ਰਿਤਸਰ ਦੇ ਵਿੱਚ ਤੁਹਾਡੇ ਕਿਸ ਟਾਈਮ ਪੁਰਾਣੇ ਤੁਹਾਡੇ ਸਾਥੀ ਰਹੇ ਨੇ, ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕਰ ਰਹੇ ਆ, ਬੜੇ ਐਲੀਗੇਸ਼ਨ ਤੁਹਾਡੇ ਫੈਮਿਲੀ ਦੇ ਉੱਤੇ ਲਗਾਏ ਜਾ ਰਹੇ, ਕੀ ਕਹਿਣਾ? ਮੇਰੀ ਗੱਲ ਸੁਣੋ, ਹਾਥੀ ਚੱਲੇ ਵਿੱਚ ਬਾਜ਼ਾਰ, ਬਹੁ ਬਹੁ ਹੋਵੇ 1000, ਕੀ ਫਰਕ ਪੈਂਦਾ ਜੀ? ਬਿਲਕੁਲ, ਇਹ ਸੀਗੇ ਨਵਜੋਤ ਸਿੰਘ ਸਿੱਧੂ ਜੀ, ਜਿਨ੍ਹਾਂ ਦਾ ਕਹਿਣਾ ਕਿ ਭਗਵੰਤ ਮਾਨ ਦੇ ਉੱਤੇ ਪਾਰਟੀ ਲੈਵਲ ਦਾ ਫੈਸਲਾ ਹੋਏਗਾ ਅਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਪੰਜਾਬ ਨੂੰ ਟੂਰਿਜ਼ਮ ਹੱਬ ਦੇ ਰੂਪ ਦੇ ਵਿੱਚ ਪੰਜਾਬ ਸਰਕਾਰ ਕਰਨ ਜਾ ਰਹੀ ਆ, ਉਹ 1.5 ਤੋਂ 2 ਸਾਲ ਦੇ ਵਿੱਚ ਪੰਜਾਬ ਟੂਰਿਜ਼ਮ ਹੱਬ ਬਣ ਕੇ ਤਿਆਰ ਹੋ ਜਾਏਗਾ। ਕੈਮਰਾਮੈਨ ਰੋਜ ਦੇ ਨਾਲ ਵਿਵੇਕ ਟਾਲ, ਦੈਨਿਕ ਸਵੇਰਾ ਟੀਵੀ, ਧਰੋਹਾ।